मोदी डरदा वा आम जनता तो पुलिस अगे करता पुलिस का मिस यूज करता कभी सोनिया गांधी रू कभी राहुल गांधी रू ईडी बनाई पई आ पंजाब पुलिस सानू घेरदी पई आ कि लोकतंत्र मुक चुका इस दुनिया चो इस कंट्री चो तानाशाह बन चुका वा असी अज जिहड़ा सीगा रेलवे स्टेशन ते जाके रेलवे जाम करना सीगा तां कि ਉਹ ਪੁਲਿਸ ਕਰ ਸਕਦੀ ਆ ਸਾਡੇ ਦੇ ਪਰਚਾ ਦੇ ਦੇਣ ਸਾਡੇ ਦੇ ਕੁਛ ਕਰ ਦੇਣ ਪਰ ਇਹ ਸੰਘਰਸ਼ ਨੂੰ ਅਸੀਂ ਹੋਰ ਤੇਜ਼ ਕਰਾਂਗੇ ਜਦ ਤੱਕ ਉੱਥੋਂ ਰਾਹੁਲ ਗਾਂਧੀ ਜੀ ਨੂੰ ਸੋਨੀਆ ਜੀ ਨੂੰ ਫਰੀ ਨਹੀਂ ਕੀਤਾ ਜਾਊਗਾ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਹਾਂਜੀ ਰੇਲਾ ਰੁਕਣ ਨਾਲ ਹੱਲ ਹੋ ਜਾਊਗਾ ਬਿਲਕੁਲ ਇੱਕ ਉਹਨਾਂ ਤੱਕ ਮੈਸੇਜ ਜਾਣਾ ਚਾਹੀਦਾ ਅੱਜ ਪੂਰੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਟੈਸਟ ਹੋ ਰਹੇ ਆ ਸਾਨੂੰ ਇਹ ਸਾਡੀ ਆਵਾਜ਼ ਨੂੰ ਪੁਲਿਸ ਦੇ ਨਾਲ ਦਬਾ ਨਹੀਂ ਸਕਦੇ ਨੇ ਸਾਰੇ ਭਰਾ ਇੱਥੇ ਬ੍ਰਦਰਸ ਢਾਬਾ ਹੈਗਾ ਸਾਨੇਵਾਲ ਦੇ ਵਿੱਚ ਉੱਥੇ ਇਕੱਠੇ ਹੋਏ ਸੀਗੇ ਔਰ ਉੱਥੋਂ ਇਹਨਾਂ ਨੇ ਪਲਾਨ ਕੀਤਾ ਸੀਗਾ ਕਿ ਇਹ ਜਾ ਕੇ ਰੇਲਵੇ ਲਾਈਨ ਦੇ ਉੱਤੇ ਬੈਠਣਗੇ ਔਰ 2 ਤੋਂ ਲੈ ਕੇ 4 ਵਜੇ ਤੱਕ ਇਹ ਜਿਹੜੀਆਂ ਕੋਈ ਟ੍ਰੇਨਸ ਜਾਂਦੀਆਂ ਨੇ ਉਹਨਾਂ ਨੂੰ ਇਹ ਰੋਕਣਗੇ ਸਰ ਕੌਣ ਕੌਣ ਸੀਗੇ ਇਹਨਾਂ ਦੇ ਜਿਹੜੇ ਲੀਡਰ ਕਿਹੜੇ ਕਿਹੜੇ ਹੁਣ ਹਿਰਾਸਤ ਚ ਲੈ ਗਏ ਨੇ ਸਾਨੂੰ ਮੇਨ ਤਾਂ ਸਾਨੂੰ ਇੰਨਾ ਹੀ ਪਤਾ ਲੱਗਿਆ ਹੈਗਾ ਕਿ ਵੀ ਉਹ ਜਿਹੜਾ ਲੱਕੀ ਸੰਧੂ ਹੈਗਾ ਇੱਥੇ ਇੱਕ ਜੋ ਯੂਥ ਕਾਂਗਰਸ ਦਾ ਇਹਨਾਂ ਦਾ ਆਗੂ ਹੈਗਾ ਜਿਹਦਾ ਬ੍ਰਦਰਸ ਢਾਬਾ ਹੈਗਾ ਨਹੀਂ ਮੈਂ ਉਹਨਾਂ ਨੂੰ ਨਹੀਂ ਜਾਣਦਾ ਨਾ ਮੈਨੂੰ ਉਹ ਦਿਖੇ ਨੇ ਇੱਥੇ ਤੇ ਕਿੰਨੇ ਕੁ ਬੰਦੇ ਹੁਣ ਆਏ ਸੀਗੇ ਦੇਖੋ ਇਹ 35-40 ਬੰਦੇ ਸੀਗੇ ਕੁਛ ਤਾਂ ਪਿੱਛੋਂ ਭੱਜੀ ਗਏ ਠੀਕ ਹੈ ਜਦੋਂ ਉਹਨਾਂ ਨੇ ਦੇਖਿਆ ਕਿ ਪੁਲਿਸ ਨੇ ਰੋਕ ਲਿਆ ਹੈਗਾ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜੇ ਹੈਗੇ ਨੇ ਅਸੀਂ ਰਾਊਂਡ ਅਪ ਕਰ ਲਿਆ ਹੈਗਾ ਲੱਗੀ ਪਤਾ ਕਿਉਂ ਆਏ ਕਾਦੇ ਲਈ ਪ੍ਰੋਟੈਸਟ ਕੀਤਾ ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ ਕਿ ਵੀ ਇਹ ਪ੍ਰੋਟੈਸਟ ਦਿੱਲੀ ਦੇ ਵਿੱਚ ਈਡੀ ਨੇ ਜੋ ਕਾਰਵਾਈ ਕੀਤੀ ਹੈ ਇਹਨਾਂ ਦੀ ਪਾਰਟੀ ਦੇ ਖਿਲਾਫ ਉਹਦੇ ਸੰਬੰਧ ਦੇ ਵਿੱਚ ਇਹ ਇੱਥੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ ਜੋ ਕਿ ਗੈਰ ਕਾਨੂੰਨੀ ਵੀ ਹੈ ਕਿ ਉਹ ਰੇਲਵੇ ਟਰੈਕ ਤੇ ਨਹੀਂ ਜਾ ਸਕਦੇ ਔਰ ਇਸ ਨੂੰ ਬਿਲਕੁਲ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਸਾਨੇਵਾਲ ਰੇਲਵੇ ਸਟੇਸ਼ਨ ਤੇ ਜਾ ਰਹੇ ਸੀ ਇਹ ਰੇਲਵੇ ਟਰੈਕ ਤੇ ਜਾ ਰਹੇ ਸੀ ਜੀ ਔਰ ਟ੍ਰੇਨ ਰੋਕਣ ਵਾਸਤੇ ਸੋ ਉਹ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈਗਾ ਮੈਟਰ ਇਸ ਓਵਰ ਸਬਸਕ੍ਰਾਈਬ ਟੂ ਆਵਰ YouTube ਚੈਨਲ ਨਿਊਜ਼ DNN ਬਾਈ ਕਲਿੱਕਿੰਗ ਦ ਬੈਲ ਆਈਕਨ ਡੋਨਟ ਫੋਰਗੇਟ ਟੂ ਲਾਈਕ ਕਮੈਂਟ ਐਂਡ ਸ਼ੇਅਰ